गुड मॉर्निंग स्टूडेंट टुडे इज 28th अगस्त एंड फ्रॉम द लास्ट डे आई ऑलरेडी स्टार्टेड द रिवीजन सो मैं लास्ट लेक्चर च थानू कार्बंस कंपाउंड दे कुछ इंपॉर्टेंट क्वेश्चंस डिस्कस किते सी नाउ टुडे आई एम स्टार्टिंग द रिवीजन ऑफ चैप्टर दैट इज मैग्नेटिक इफेक्ट ऑफ इलेक्ट्रिक करंट सो मैग्नेटिक इफेक्ट ऑफ इलेक्ट्रिक करंट दे कुछ assi क्वेश्चंस डिस्कस करण जा रहे हैं So first question is what is the use of electric generator and explain its construction and working. So electric generator ki hunda hai teri construction and edi working kya hai? So electric generator ek device aa that converts ki convert kardiya mechanical energy nu electrical energy ch change kardiya. Like jaive assi gharan ch generator use karde haa kya karde haa assi ohde ch oil daalde haa oh mechanically work karda hai and us mechanical work de naal sade gharan ch electricity aa jandi. ਦਿਆ ਇਟ ਮੀਨਸ ਉਹ ਇੱਕ ਇਲੈਕਟ੍ਰਿਕ ਜਨਰੇਟਰ ਹੈ ਜੋ ਮਕੈਨੀਕਲ એનર્ਜੀ ਨੂੰ ਕਿਚ ਕਨਵਰਟ ਕਰ ਰਿਹਾ ਹੈ ਇਲੈਕਟ੍ਰੀਕਲ એનર્ਜੀ ਚ ਸੋ ਇਹਦਾ ਪ੍ਰਿੰਸੀਪਲ ਕੀ ਹੈ ਕਿ ਇਸ 베ਸਡ ਜਿਹੜਾ ਜਨਰੇਟਰ ਬਣਾਇਆ ਗਿਆ दैट इज ਫਲੇਮਿੰਗ ਰਾਈਟ ਹੈਂਡ ਰੂਲ ਦੇ 베ਸਡ ਹੈ ਸੋ ਕੰਸਟਰਕਸ਼ਨ ਕੰਸਟਰਕਸ਼ਨ ਦਾ ਮਤਲਬ ਕੀ ਇਹਦੇ ਵਿੱਚ ਕਿਹੜੇ ਕਿਹੜੇ ਪਾਰਟਸ ਯੂਜ਼ ਹੋ ਰਿਹਾ ਡੀਸੀ ਜਨਰੇਟਰ ਦੇ ਵਿੱਚ ਇੱਕ ਆਰਮੇਚਰ ਯੂਜ਼ ਹੁੰਦੀ ਪਈ ਆ ਫੀਲਡ ਮੈਗਨੈਟ ਯੂਜ਼ ਹੋ ਰਹੀ ਆ ਸਪਲਿਟ ਰਿੰਗਸ ਯੂਜ਼ ਹੋ ਰਹੀ ਆ ਐਂਡ ਕਾਰਬਨ ਬਰਸ਼ਸ ਯੂਜ਼ ਹੋ ਰਹੀ ਆ ਆਫਟਰ ਥੈਟ ਵਰਕਿੰਗ ਆ ਗਿਆ ਸੋ ਵਰਕਿੰਗ ਕਹਿੰਦੇ ਲੈਟ ਦਾ ਕੋਇਲ ਬੀ ਇਨਿਸ਼ਲੀ ਇਨ ਦਾ ਹਾਰੀਜ਼ਨਟਲ ਪੋਜੀਸ਼ਨ ਸੋ ਸਭ ਤੋਂ ਪਹਿਲਾਂ ਕਹਿੰਦੇ ਜੋ ਕੋਇਲ ਹੈਗੀ ਆ ਉਹਨੂੰ ਹਾਰੀਜ਼ਨਟਲ ਪੋਜੀਸ਼ਨ 'ਚ ਰਹਿਣ ਦਿਓ ਠੀਕ ਹੈ ਸੋ ਆਫਟਰ ਥੈਟ ਕਹਿੰਦੇ कि लेट द कॉइल बी रोटेटेड इन एंटी क्लॉकवाइज डायरेक्शन बिटवीन द पोल एंड नॉर्थ एंड साउथ ऑफ द होर्स मैग्नेट सो मैग्नेट सो दे लेफ्ट हैंड राइट हैंड साइड assi मैग्नेट ਲਗਾਤੀਆਂ ਕਹਿੰਦੇ ਇਹਨਾਂ ਦੀ ਇਨਫਲੂਐਂਸ ਦੇ ਅੰਦਰ ਇਹਨੂੰ ਐਂਟੀ क्लॉकवाइज एंटी क्लॉकवाइज ਇਹਨੂੰ ਮੂਵ ਕਰ ਲੈਣ ਦੋ ਠੀਕ ਹੈ ਸੋ ਜਦੋਂ ਇਹ ਮੂਵ ਕਰੇਗਾ ਐਟ द इंस्टेंट लेट ए बी 무ਵਸ ਡਾਊਨ ਐਂਡ ਸੀ ਡੀ ਅਪਸ ਇੱਕ ए बी ਉੱਪਰ ਮੂਵ ਕਰੇਗਾ ਐਂਡ ਸੀ ਡੀ ਡਾਊਨ ਮੂਵ ਕਰੇਗਾ ਸੋ ਦਾ ए बी ਕੱਟ ਦਾ magnetic line of north so jo ab hai jo ab hai wo cut karegi is side di line nu theek hai jadon ye move karega te center chu magnetic line agar is tarah move kar rahi a te center je line enu cut karegi similarly a side cd ki nu cut karegi south wali side nu theek hai so isse tarike nal agar ਠੀਕ ਹੈ ਜਿਵੇਂ ਹੋਣੇ ਜਾ ਰਿਹਾ ਹੈ ਤਾਂ ਅਗਰ ਇਹ ਜਿਹੜੇ ਸਪਲਿਟਰ ਰਿੰਗਸ ਹੈ ਸਪਲਿਟਰ ਰਿੰਗਸ ਕਦੇ ਚ ਹੈਲਪ ਕਰਦੇ ਸਪਲਿਟਰਿੰਗ ਇਲੈਕਟ੍ਰਿਕ ਰਨ ਨੂੰ ਰਿਵਰਸ ਕਰਨ ਚ ਹੈਲਪ ਕਰਦੇ ਚੇਨ ਸ਼ਿਫਟ ਕਰਨ ਚ ਹੈਲਪ ਕਰਦੇ ਆ ਠੀਕ ਆ ਸੋ ਇੱਕ ਵਾਰ ਚ ਏ ਬੀ ਉੱਪਰ ਜਾਏਗਾ ਐਂਡ ਸੀ ਡੀ ਨੀਚੇ ਆਏਗਾ ਸੋ ਸੈਕੰਡ ਟਾਈਮ ਚ ਜਿਹੜਾ ਸੀ ਡੀ ਉੱਪਰ ਜਾਏਗਾ ਐਂਡ ਏ ਬੀ ਨੀਚੇ ਆਏਗਾ ਸੋ ਥੈ ਇਨ ਥਿਸ ਵੇ ਜਿਹੜੀ ਇਹ ਇਲੈਕਟ੍ਰਿਕ ਜਨਰੇਟਰ ਹੈ ਇਹ ਵਰਕ ਕਰਦਾ ਹੈ ਓਕੇ ਸੋ ਬੇਟਾ ਤੁਸੀਂ ਇਹ ਕੁਐਸਚਨ ਨੂੰ ਚੰਗੀ ਤਰੀਕੇ ਨਾਲ ਰਿਵਾਈਜ਼ ਕਰਨਾ ਹੈ ਆਫਟਰ ਥੈ ਤੁਸੀਂ ਡਾਇਗ੍ਰਾਮ ਮ ਨੂੰ ਵੀ ਰਿਵਾਈਜ਼ ਕਰਨਾ ਹੈ ਠੀਕ ਹੈ ਨਾ ਹੌਪ ਸੋ ਇਹ ਤੁਹਾਨੂੰ ਕੁਐਸਚਨ ਕਲੀਅਰ ਹੋ ਜਾਊਗਾ ਸੋ ਨੈਕਸਟ ਕੁਐਸਚਨ ਕੁਝ ਸਮਾਲ ਵੈਰੀ ਸ਼ੋਰਟ ਕੁਐਸਚਨਸ ਸੀ ਕਿਤੇ ਸੀ ਥੈਟ ਇਜ਼ ਡਿਫਾਈਨ ਐਨ ਇਲੈਕਟ੍ਰੋਮੈਗਨੈਟ ਇਲੈਕਟ੍ਰੋਮੈਗਨੈਟ ਕੀ ਹੁੰਦੀ ਆ ਦਾ ਕੰਬੀਨੇਸ਼ਨ ਆਫ ਸੌਫਟ ਆਇਰਨ ਕੋਰ ਇੱਕ ਸੌਫਟ ਆਇਰਨ ਕੋਰ ਦਾ ਕੰਬੀਨੇਸ਼ਨ ਜਿਹਦੇ ਵਿੱਚ ਕਰੰਟ ਮੂਵ ਕਰ ਰਿਹਾ ਹੈ ਕਿ ਇੱਕ ਵਾਇਲ ਰੈਪ ਕੀਤੀ ਹੋਈ ਆ ਐਂਡ ਇਸ ਦੇ ਵਿੱਚੋਂ ਕਰੰਟ ਮੂਵ ਕਰਦਾ ਪਿਆ ਹੈ ਸੋ ਇਹਨੂੰ ਅਸੀਂ ਕੀ ਬੋਲਦੇ ਆ ਇਲੈਕਟ੍ਰੋਮੈਗਨੈਟ ਮਤਲਬ ਮੈਗਨੈਟ ਇਕ ਇਲੈਕਟ੍ਰੀਸਿਟੀ ਲਾਈਕ ਇੱਕ ਆਇਰਨ ਕੋਰ ਦੀ ਹੈਲਪ ਦੇ ਨਾਲ ਅਸੀਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਰਹੇ ਹਾਂ ਸੋ ਡਿਫਾਈਨ ਆ ਮੈਗਨੇਟਿਕ ਪੋਲ ਸੋ ਮੈਗਨੇਟਿਕ ਪੋਲ ਕਿਉਂ ਹੁੰਦੇ ਆ ਮੈਗਨੇਟਿਕ ਪੋਲਸ ਆਰ ਪੁਆਇੰਟ ਨੀਅਰ ਦਾ ਐਂਡਸ ਆਫ ਮੈਗਨੇਟ ਮੈਗਨੇਟ ਦੀ ਐਂਡ ਤੇ ਜੋ ਪੋਲ ਹੁੰਦੇ ਨੇ ਥੈਟ ਇਜ਼ ਨਾਰਥ ਐਂਡ ਸਾਊਥ ਪੋਲ ਹੁੰਦੇ ਆ ਅਸੀਂ ਉਹਨੂੰ ਮੈਗਨੇਟਿਕ ਪੋਲ ਬੋਲਦੇ ਆ ਡਾਇਨੋਮੋ ਕੀ ਹੁੰਦਾ ਹੈ ਡੈਨਮੋ ਕਨਵਰਟ ਡੈਨਮੋ ਹੈਲਪ ਕਰਦਾ ਮੈਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਚ ਚੇਂਜ ਕਰਨ ਲਈ ਵਟ ਇਜ਼ ਇਲੈਕਟ੍ਰੀਕਲ ਫਿਊਜ਼ ਇਲੈਕਟ੍ਰੀਕਲ ਫਿਊਜ਼ ਕੀ ਹੁੰਦਾ ਹੈ ਫਿਊਜ਼ ਇੱਕ ਸੇਫਟੀ ਡਿਵਾਈਸ ਆ ਅਸੀਂ ਘਰਾਂ 'ਚ ਫਿਊਜ਼ਸ ਯੂਜ਼ ਕਰਦੇ ਆ ਕਿਉਂ ਯੂਜ਼ ਕਰਦੇ ਆ ਕਿ ਜਦੋਂ ਵੀ ਇਲੈਕਟ੍ਰਿਕ ਸਰਕਟ ਡੈਮੇਜ ਹੁੰਦਾ ਹੈ ਓਵਰਲੋਡਿੰਗ ਚਾਰਜ ਹੋਣ ਕਰਕੇ ਇਹਦੇ ਨਾਲ ਅਪਲੈਂਸਸ ਨਾ ਖਰਾਬ ਹੋਣ ਨਾ ਸਡਨ ਕਿ ਸਮ ਟਾਈਮਸ ਕਿ ਚਾਰਜ ਦੀ ਓਵਰਲੋਡਿੰਗ ਹੋ ਜਾਂਦੀ ਆ ਜਿਹਦੇ ਕਰਕੇ ਫਿਊਜ਼ ਸੜ ਜਾਂਦੇ ਆ ਠੀਕ ਆ ਸੋ ਮਤਲਬ ਇਹ ਵਾਇਰਸ ਨਾ ਸਡਣ ਜਾਂ ਨਾ ਖਰਾਬ ਹੋਣ ਨਾ ਡੈਮੇਜ ਹੋਣ ਥੈਟਸ ਵਾਈਸੀ ਇਲੈਕਟ੍ਰਿਕ ਫਿਊਜ਼ ਯੂਜ਼ ਕਰਦੇ ਆ ਥੈਨ ਵਾਈ ਡਸ ਨੀਡਲ ਆਫ ਮੈਗਨੈਟਿਕ ਕੰਪਾਸ ਡਿਫਲੈਕਟ ਐਂਡ ਮੈਗਨੈਟਿਸ ਬਰੋਅਰ ਨੀਰ ਜਦੋਂ ਕੰਪਾਸ ਇੱਕ ਕੰਪਾਸ ਹੁੰਦੀ ਆ ਕਹਿੰਦੇ ਜਦੋਂ ਤੁਸੀਂ ਕੰਪਾਸ ਦੇ ਲਾਗੇ ਮੈਗਨੇਟਰੋ ਲੈ ਕੇ ਜਾਂਦੇ ਹੋ ਤਾਂ ਇਹ ਇਸ ਤਰੀਕੇ ਦੇ ਨਾਲ ਡਿਫਲੈਕਸ਼ਨ ਸ਼ੋ ਕਰਦੀ ਹੈ ਨਾਰਥ ਐਂਡ ਸਾਊਥਵਰਡ ਡਿਫਲੈਕਟ ਕਰਦੀ ਹੈ ਸਿੰਗਲ ਇਸ ਤਰ੍ਹਾਂ ਨੀਡਲ ਹੁੰਦੀ ਆ ਅਗਰ ਇਹ ਨਾਰਥ ਆ ਅਗਰ ਇਹ ਸਾਊਥ ਆ ਇਹ ਇਸ ਤਰ੍ਹਾਂ ਡਿਫਲੈਕਟ ਕਰਨ ਲੱਗ ਪੈਂਦੀ ਹੈ ਜਦੋਂ ਇਹਦੇ ਲੱਗੇ ম্যাগਨਟ ਆਂਦੀ ਆ ਸੋ ਕਿਉਂ ਆਂਦੀ ਆ ਬਿਕੋਜ਼ ਅ ਸਮਾਲ ਮੈਗਨੇਟ ਐਕਸਪੀਰੀਅੰਸ ਆ ਪੇਅਰ ਆਫ ਟੂ ਇਕੁਇਵਲੈਂਟ ਆਪੋਜ਼ਿਟ ਫੋਰਸ ਸੋ ਇਹ ਵੀ ਕਹਿੰਦੇ ਇੱਕ ਮੈਗਨੇਟ ਵਾਂਗੂ ਕੰਮ ਕਰਨ ਲੱਗ ਪੈਂਦੀ ਆ ਠੀਕ ਹੈ ਨੀਡਲ ਐਂਡ ਇਹ ਵੀ ਅਗਰ ਇਹਦੇ ਸਾਹਮਣੇ ਨਾਰਥ ਦੇ ਅੱਗੇ ਨਾਰਥ ਆ ਜਾਊਗਾ ਤੇ ਡੈਫੀਨਿਟਲੀ ਉਹਦੇ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰੇਗੀ ਅਗਰ ਸਾਊਥ ਦੇ ਅੱਗੇ ਸਾਊਥ ਆ ਜਾਏਗਾ ਤਾਂ ਡੈਫੀਨਿਟਲੀ ਇਹ ਵੀ मूव कर डिफलैक्ट करने की कोशिश करेगी सो ड्रॉ मैगनेटिक लाइन ऑफ फोर्स सो ये मैगनेटिक लाइनस ड्रॉ कितिया जो नॉर्थ तो एंटर हो रही है साइड तो निकल रही सो इस तरीके सैमी सफ सर्कल्स बनते ने ठीक है सो आफ्टर दैट सो ये थोड़े क्वेश्चन है कुछ वेरी शोर्ट क्वेश्चन है कुछ एक लॉन्ग क्वेश्चन है सो टूडे यूर वर्क इज रिवाइज दिज क्वेश्चन एंड ऑल्सो डायग्राम ठीक है सो so, i hope you clear these questions thank you